ਗੁਰਬਚਨ ਸਿੰਘ ਪੁੱਲਰ ਦੀ ਕਹਾਣੀ ਹੈ ਹਰ ਮੁਟਿਆਰ ਸੁਨੀਤਾ ਹੈ ਉਸ ਦਿਨ ਮੈਂ ਅੰਗਰੇਜ਼ੀ ਦੀ ਕੋਈ ਲਿਖਤ ਟਾਈਪ ਕਰਵਾਉਣੀ ਸੀ ਤੇ ਆਪਣੇ ਦੋਸਤ ਸ਼ਰਮੇ ਦੇ ਦਫ਼ਤਰ ਚਲਾ ਗਿਆ ਚਾਹ ਦੀ ਪਿਆਲੀ ਪੀਣ ਪਿੱਛੋਂ ਸ਼ਰਮਾ ਘੰਟੀ ਦੇ ਬਟਨ ਉੱਤੇ ਹੱਥ ਰੱਖਣ ਲੱਗਿਆ ਸੀ ਕਿ ਦਰਵਾਜ਼ਾ ਖੁੱਲਿਆ ਇੱਕ ਨੌਜਵਾਨ ਟਾਈਪ ਕੀਤੇ ਹੋਏ ਕਾਗਜ਼ ਲੈ ਕੇ ਅੰਦਰ ਆਇਆ ਰੰਗਾਨਾਥਨ ਮੈਂ ਤੁਮੇ ਹੀ ਬੁਲਾਣੇ ਲਗਾ تھا ਸ਼ਰਮਾ ਬੋਲਿਆ ਰੰਗਾਨਾਥਨ ਕਾਫੀ ਪੱਕੇ ਰੰਗ ਦਾ ਲੰਮਾ ਚੌੜਾ ਗੱਭਰੂ ਸੀ ਜ਼ਰਾ ਮੋٹے ਬੁੱਲ ਪਰ ਸਧਾਰਨ ਤੋਂ ਕੁਝ ਕੁ ਵੱਡੇ ਚਿੱਟੇ ਦੰਦਾ ਨੂੰ ਕੱਜ ਕੇ ਰੱਖਣ ਤੋਂ ਅਸਮਰਥ ਉਹ ਬੋਲਿਆ ਕੁਝ ਨਾ ਸ਼ਾਇਦ ਉਹ ਸਮਝਦਾ ਸੀ ਕਿ ਬੁਲਾਉਣ ਦਾ ਭਾਵ ਨਵਾਂ ਕੁਝ ਟਾਈਪ ਲਈ ਦੇਣਾ ਹੀ ਹੋਏਗਾ ਉਹਨੇ ਹੱਥ ਵਿੱਚ ਲੇ ਕਾਗਜ਼ ਮੇਜ਼ ਉੱਤੇ ਰੱਖ ਦਿੱਤੇ ਤੇ ਹੋਰ ਕਾਗਜ਼ ਫੜਨ ਲਈ ਹੱਥ ਅੱਗੇ ਵਧਾ ਦਿੱਤਾ ਦਰਵਾਜ਼ਾ ਖੋਲ ਕੇ ਉਹ ਬਾਹਰ ਜਾਣ ਲੱਗਿਆ ਤਾਂ ਸ਼ਰਮੇ ਨੇ ਫੇਰ ਆਵਾਜ਼ ਦਿੱਤੀ ਮਿਸਟਰ ਰੰਗਨਾਥਨ ਅਰੇ ਮੈਂ ਤਾਂ ਭੁੱਲ ਹੀ ਗਿਆ ਤੁਹਾਰੇ ਕੰਮ ਕੀ ਬਾਤ ਸੀ ਇਧਰ ਆ ਮੈਂ ਲਾਉਂ शर्मा ने मेरे बल हाथ ਕੀਤਾ ਤੇ ਰੰਗਾनाथन ਦਰਵਾਜ਼ਾ ਛੱਡ ਕੇ ਮੇਰੇ ਕੋਲ ਆ ਕੇ ਗੁੱਡ ਨੂਨ ਸਰ ਕਹਿ ਕੇ ਖੜਾ ਹੋ ਗਿਆ। ਸ਼ਰਮਾ ਨੇ ਦੱਸਿਆ ਕਿ ਰੰਗਾनाथन ਕਿਸੇ ਟਾਈਪਿਸਟ ਦੇ ਲੰਮੀ ਛੁੱਟੀ ਚਲੇ ਜਾਣ ਕਾਰਨ ਰੱਖਿਆ ਗਿਆ ਹੈ ਤੇ ਬੜਾ ਸਾਊ ਤੇ ਮਿਹਨਤੀ ਨੌਜਵਾਨ ਹੈ। ਤੇ ਫਿਰ ਉਹਨੇ ਰੰਗਾनाथन ਵੱਲ ਮੂੰਹ ਕਰਕੇ ਕਿਹਾ ਰੰਗਾनाथन ਇਹ ہمارے دوست ਹੈ ਮਿਸਟਰ ਸਿੰਘ ਬਹੁਤ ਅੱਛਾ ਲਿਖਦੇ ਹਨ। इनकी ਇੱਕ ਕਹਾਣੀ की फिल्म भी बन गई है। ਸੁਪਨਾ اور حقیقت اور اس کی ہیروئن مس سنیتا ये उसके बहुत अच्छे दोस्त हैं रंगानाथन दीं वाटां खिडगियां साब सच मेरे को समझ नहीं सी पै रहेया किधर मैं किधर फिल्मी कहानियां किधर मिस सुनीता हां शर्मा ने कहा जाओ अपनी फाइल लाके इनसे सारी बात करो शायद तुम्हारी किस्मत की ही बात है ओ के आज ये यहां आए हैं रंगानाथन अपनी फाइल ਲੈਣ ਚਲਾ ਗਿਆ ਤੇ ਮਿਸਟਰ ਸ਼ਰਮਾ ਨੇ ਮੇਰੀਆਂ ਸਵਾਲੀ ਨਜ਼ਰਾਂ ਤਾੜ ਕੇ ਮੁਸਕਰਾਉਂਦੇ ਹੋਏ ਮੈਨੂੰ ਦੱਸਿਆ ਕਿ ਫਿਲਮ ਸਟਾਰ ਮਿਸ ਸੁਨੀਤਾ ਦਾ ਬੁਰੀ ਤਰ੍ਹਾਂ ਸ਼ਿਕਾਇਤ ਤੇ ਬੜਾ ਦਿਲਚਸਪ ਬੰਦਾ ਹੈ ਰੰਗਾਨਾਥਨ ਗੁਲਾਬੀ ਰੰਗ ਦੀ ਫਾਈਲ ਲੈ ਕੇ ਆ ਗਿਆ ਤੇ ਮੇਰੇ ਕਹਿਣ ਤੇ ਝਿਜਕਦਾ ਝਿਜਕਦਾ ਕੁਰਸੀ ਲੈ ਕੇ ਮੇਰੇ ਕੋਲ ਬੈਠ ਗਿਆ ਸ਼ਰਮੇ ਦੇ ਫੋਨ ਦੀ ਘੰਟੀ ਖੜਕੀ ਤੇ ਉਹ ਕੁਝ ਕਾਗਜ਼ ਚੁੱਕ ਕੇ ਕਿਸੇ ਕੰਮ ਉੱਪਰਲੇ ਫਲੋਰ ਤੇ ਚਲਾ ਗਿਆ ਸ਼ਰਮੇ ਦੇ ਜਾਂਦੇ ਰੰਗਾਨਾਥਨ ਦੀ ਝਿਜਕ ਲਹਿ ਗਈ ਸਭ ਬਾਤ ਇਹ ਹੈ ਕਿ ਰੰਗਾਨਾਥਨ ਕੁਝ ਕਹਿਣਾ ਚਾਹੁੰਦਾ ਸੀ ਪਹਿਲੇ ਮuje ਫਾਈਲ ਦੇ ਦੋ ਮੈਂ ਉਹਦੇ ਹੱਥੋਂ ਫਾਈਲ ਫੜ ਕੇ ਕਾਗਜ਼ ਫਰੋਲਣ ਲੱਗ ਗਿਆ ਪਹਿਲਾ ਕਾਗਜ਼ ਰੰਗਨਾਥਨ ਵੱਲੋਂ ਮਿਸ ਸੁਨੀਤਾ ਨੂੰ ਲਿਖੀ ਹੋਈ ਕਿ ਚਿੱਠੀ ਦੀ ਨਕਲ ਸੀ ਇਹ ਉਹਨੇ ਫਿਲਮ ਦਰਦ ਕੇ ਫੂਲ ਵੇਖ ਕੇ ਲਿਖੀ ਸੀ ਫਿਲਮ ਵੇਖ ਕੇ ਉਹ ਬੜਾ ਪ੍ਰਭਾਵਿਤ ਹੋਇਆ ਲੱਗਦਾ ਸੀ ਤੇ ਮੈਂ ਕਾਗਜ਼ ਪਰਤਨ ਲੱਗਿਆ ਉਹਨੇ ਪੁੱਛਿਆ ਕਿ ਮੈਂ ਇਹ ਫਿਲਮ ਵੇਖੀ ਸੀ ਜਾਂ ਨਹੀਂ ਮੈਂ ਉਹਨੂੰ ਦੱਸਿਆ ਕਿ ਇਸ ਫਿਲਮ ਦੀ ਤਾਰੀਫ਼ ਤਾਂ ਮੈਂ ਬੜੀ ਸੁਣੀ ਸੀ ਪਰ ਵੇਖਣ ਦਾ ਮੌਕਾ ਨਹੀਂ ਮਿਲਿਆ ਰੰਗਨਾਥਨ ਨੇ ਸਿਰ ਮਾਰਿਆ ਸਾਬ ਸ਼ਾਇਦ ਕਿਸੇ ਥੀਏਟਰ ਮੇ ਮਾਰਨਿੰਗ ਸ਼ੋਅ ਮੇ ਲਗੇ ਜ਼ਰੂਰ ਸਾਬ ਮਿਸ ਸੁਨੀਤਾ ਦਾ ਕੰਮ ਕੀ ਹੈ ਉਹ ਇੱਕ ਪਲ ਚੁੱਪ ਕਰ ਗਿਆ ਜਿਵੇਂ ਉਹਨੂੰ ਆਪਣਾ ਅਹਿਸਾਸ ਪ੍ਰਗਟ ਕਰਨ ਲਈ ਸ਼ਬਦ ਨਾ ਮਿਲਦਾ ਹੋਵੇ ਫਿਰ ਸੱਜਾ ਹੱਥ ਹਵਾ ਚ ਲਹਿਰਾ ਕੇ ਅੱਖਾਂ ਅਧ ਮੀਟੀਆਂ ਅਧ ਮੀਟਦਿਆਂ ਨਸ਼ਈ ਹੋ ਕੇ ਬੋਲਿਆ ਸਾਬ ਬਿਆਊਟਫੁਲ ਅਗੇਕਸ ਫੈਦ ਕਾਗਜ਼ ਲਾ ਕੇ ਇਸ ਚਿੱਠੀ ਦੀ ਰਜਿਸਟਰੀ ਦੀ ਡਾਕਖਾਨੇ ਵੱਲੋਂ ਦਿੱਤੀ ਗਈ ਰਸੀਦ ਚਿਪੀ ਹੋਈ ਸੀ ਉਹਦੇ ਹੇਠਾਂ ਮਿਸ ਸੁਨੀਤਾ ਦੀ ਐਕਨੋਲਜਮੈਂਟ ਉਹਦੇ ਸੈਕਟਰੀ ਦੇ ਦਸਖਤ ਸਨ ਸ਼ਾਇਦ ਉਸ ਉਤੇ ਮੈਂ ਉਹਦੀ ਚਿੱਠੀ ਦੇ ਜਵਾਬ ਬਾਰੇ ਪੁੱਛਿਆ ਰੰਗਾਨਾਥਨ ਦਾ ਕਹਿਣਾ ਸੀ ਕਿ ਇੱਕ ਤਾਂ ਜਈਆਂ ਪ੍ਰਸ਼ੰਸਾ ਵਾਲੀਆਂ ਚਿੱਠੀਆਂ ਸੈਂਕੜਿਆਂ ਦੀ ਗਿਣਤੀ 'ਚ ਜਾਂਦੀਆਂ ਹੋਣਗੀਆਂ ਤੇ ਇਹਨਾਂ 'ਚ ਜਵਾਬ ਦੇਣ ਵਾਲੀ ਗੱਲ ਵੀ ਕਿਹੜੀ ਹੁੰਦੀ ਹੈ ਤੇ ਨਾਲੇ ਸਭ ਸੁਣਾ ਕਿ ਮਿਸ ਸੁਨੀਤਾ ਕੋ ਬਹੁਤ ਅੱਛਾ ਐਕਟ੍ਰੈਸ ਹੋਣੇ ਕੀ ਵਜ੍ਹਾ ਸੇ ਫੁਰਸਤ ਬਿਲਕੁਲ ਨਹੀਂ ਮਿਲਤਾ ਅੱਗੇ ਕੁਛ ਇਹੋ ਜਿਹੀਆਂ ਹੀ ਚਿੱਠੀਆਂ ਤੇ ਡਾਕ ਖਾਨੇ ਦੀਆਂ ਰਸੀਦਾਂ ਤੇ ਐਕਨੋਲਜਮੈਂਟਸ ਹਨ ਜਵਾਬ ਕਿਸੇ ਦਾ ਨਹੀਂ ਸੀ ਆਇਆ ਹੋਇਆ ਅੰਤ ਉਤੇ ਲੱਗੀ ਚਿੱਠੀ ਵਿੱਚ ਰੰਗਾਨਾਥਨ ਨੇ ਮਿਸ ਸੁਨੀਤਾ ਨੂੰ ਵਿਆਹ ਦੀ ਤਸਵੀਜ਼ ਪੇਸ਼ ਤਸਵੀਜ਼ ਦਿੱਤੀ ਹੋਈ ਸੀ ਲਿਖਿਆ ਸੀ ਕਿ ਬਹੁਤ ਅਮੀਰ ਜਾਂ ਸੁੰਦਰਤਾ ਨਹੀਂ ਹੈ ਪਰ ਮਿਸ ਸੁਨੀਤਾ ਵਰਗੀ ਕੁੜੀ ਲਈ ਪਤੀ ਯਕੀਨਨ ਬਹੁਤ ਚੰਗਾ ਬਣ ਸਕਦਾ ਹੈ ਉਹਨੇ ਇਹ ਵੀ ਲਿਖਿਆ ਹੋਇਆ ਸੀ ਕਿ ਉਹ ਦੇ ਗਲੈਮਰ ਨੂੰ ਪਿਆਰ ਨਹੀਂ ਕਰਦਾ ਸਗੋ ਉਹਦੀ ਕਲਾ ਦਾ ਪ੍ਰੇਮੀ ਹੈ ਉਹ ਤੋਂ ਅਗਲੇ ਸਫੈਦ ਕਾਗਜ਼ ਉੱਤੇ ਕਾਇਦੇ ਅਨੁਸਾਰ ਦਾਖਾਣੇ ਦੀ ਰਸੀਦ ਮਿਸ ਸੁਨੀਤਾ ਦੀ ਐਕਨੋਲਜਮੈਂਟ ਚਿਪੀਆਂ ਹੋਈਆਂ ਸੀ ਤੇ ਬਸ ਤੇ ਹੁਣ ਰੰਗਨਾਥ ਨੇ ਇਸ ਚਿੱਠੀ ਦੇ ਜਵਾਬ ਦੀ ਉਡੀਕ ਚ ਸੀ ਉਹਨੂੰ ਭਰੋਸਾ ਸੀ ਕਿ ਇਹਦਾ ਜਵਾਬ ਜ਼ਰੂਰ ਆਏਗਾ ਇਹ ਚਿੱਠੀ ਪਹਿਲੀਆਂ ਵਾਂਗ ਉਹਦੀਆਂ ਫਿਲਮਾਂ ਬਾਰੇ ਨਹੀਂ ਸੀ ਸਗੋਂ ਉਹਦੇ ਨਿੱਜੀ ਜੀਵਨ ਬਾਰੇ ਸੀ ਤੇ ਨਾਲੇ ਆਖਰ ਮਿਸ ਸੁਨੀਤਾ ਵੀ ਤਾਂ ਮੁਟਿਆਰ ਸੀ ਇਧਰ ਇਕੱਲਾ ਰੰਗਨਾਥਨ ਹੀ ਨਹੀਂ ਉਹ ਵੀ ਤਾਂ ਆਪਣੀ ਸ਼ਾਦੀ ਬਾਰੇ ਸੋਚ ਰਹੀ ਹੋਏਗੀ ਸ਼ਰਮਾ ਵਾਪਸ ਆਇਆ ਤੇ ਬੋਲੇ ਕਿ ਮਿਸਟਰ ਸਿੰਘ ਦੇਖ ਲਈ ਸਾਰੀ ਫਾਈਲ ਮੇਰਾ ਦਿਲ ਕੀਤਾ ਰੰਗਨਾਥਨ ਨੂੰ ਕਹਾ ਕਿ ਉਹ ਕਿਹੜੀ ਔਜੜ ਚ ਪੈ ਗਿਆ ਪਰ ਉਹਦੇ ਮੂੰਹ ਵਾਲ ਵੇਖ ਕੇ ਮੇਰਾ ਇਹ ਅੱਖ ਨੂੰ ਦਿਲ ਲੰਕੀਤਾ ਤੇ ਜ਼ਰੂਰ ਜੋ ਹੋਗਾ ਜ਼ਰੂਰ ਕਰੂੰਗਾ ਆਕੇ ਮੈਂ ਦੋਵਾਂ ਨਾਲ ਹੱਥ ਮਲਾਇਆ ਤੇ ਉੱਥੋਂ ਤੁਰ ਆਇਆ। ਦੋ ਤਿੰਨ ਦਿਨਾਂ ਪਿਛੋਂ ਟਾਈਪ ਕੀਤੇ ਕਾਗਜ਼ ਦੇਣ ਰੰਗਾਨਾਥਨ ਮੇਰੇ ਦਫ਼ਤਰ ਆਇਆ। ਸਾਹਿਬ, ਅਬ ਆਪ ਬੰਬਈ ਕੱਪ ਜਾਏਂਗੇ? ਕਾਗਜ਼ਾਂ ਦਾ ਲਫਾਫਾ ਮੇਰੇ ਸਾਹਮਣੇ ਰੱਖ ਕੇ ਉਹਨੇ ਸਵਾਲ ਕੀਤਾ। ਜਦੋਂ ਜਾਵਾਂਗਾ ਉਹਨੂੰ ਦੱਸ ਕੇ ਜਾਵਾਂਗਾ। ਮੈਂ ਉਹਨੂੰ ਯਕੀਨ ਕਰਵਾਇਆ ਤੇ ਗੱਲ ਪਾਸੇ ਲਾਉਣ ਲਈ ਮੈਂ ਉਹਨੂੰ ਪੁੱਛਿਆ ਰੰਗਾਨਾਥਨ। ਜਿਸ ਲੜਕੀ ਨੇ ਰਿਸੈਪਸ਼ਨ ਸੇ ਤੁਮੇ ਇਧਰ ਮੇਰੇ ਕਮਰੇ ਵਿੱਚ ਭੇਜਿਆ ਉਸੇ ਧਿਆਨ ਸੇ ਦੇਖਾ। ਸਾਊਥ ਇੰਡੀਅਨ ਐ ਉਹ ਵੀ। ਦੇਖਾ ਸਾਹਿਬ ਕੋਈ ਖਾਸ ਬਾਤ ਨਹੀਂ। आम लड़कियों जैसी लड़की है वो तो पटाख बोलिया बस रंगानाथन मैं हसया धोखा खा गया ना वो आम नहीं खास लड़की है बहुत शरीफ बहुत सुंदर समझदार और सबसे बड़ी बात सुनीता से मिलती शक्ल भाई सुनीता की तो कह नहीं सकता इससे कहो तो शादी करवा दूँ मैं उंजी कहता सुनीता नाल साड़ी रिसेप्शनिस्ट का कुछ भी मिलता जुलता नहीं सी रंगानाथन जान ली खड़ा होया साहब कहाँ सुनीता कहाँ गी बंबई जाए तो मुझे बताना ਕੁੱਛੇਰ ਮਗਰੋਂ ਮੈਨੂੰ ਪਤਾ ਲੱਗਿਆ ਰੰਗਾਨਾਥਨ ਸ਼ਰਮਾ ਕੋਲੋਂ ਚਲਾ ਗਿਆ ਸੀ ਉਹਨੂੰ ਕਿਤੇ ਪੱਕੀ ਨੌਕਰੀ ਮਿਲ ਗਈ ਸੀ ਫਿਰ ਇੱਕ ਦਿਨ ਅਚਾਨਕ ਰੰਗਾਨਾਥਨ ਮੈਨੂੰ ਪਲਾਜ਼ਾ ਥੀਏਟਰ ਅੱਗੇ ਮਿਲ ਗਿਆ ਮਿਸ ਸੁਨੀਤਾ ਦੀ ਫਿਲਮ ਸੀ ਤੇ ਪਹਿਲਾ ਦਿਨ ਮੈਂ ਦੋ ਟਿਕਟਾਂ ਐਡਵਾਂਸ ਲਈਆਂ ਹੋਈਆਂ ਸੀ ਹੋਰ ਕੋਈ ਕੰਮ ਹੋ ਜਾਣ ਕਾਰਨ ਮੋੜਨ ਆਇਆ ਸੀ ਲੰਮੀਆਂ ਲਾਈਨਾਂ ਲੱਗੀਆਂ ਸੀ ਰੰਗਾਨਾਥਨ ਦਾ ਕੋਈ ਦੋਸਤ ਲਾਈਨ 'ਚ ਕਿਤੇ ਪਿੱਛੇ ਕਰਕੇ ਖੜਾ ਸੀ ਉਹਨੂੰ ਡਰ ਸੀ ਵੀ ਸੀਟਾਂ ਦੀ ਗਿਣਤੀ ਦੇ ਹਿਸਾਬ ਖਿੜਕੀ ਅੱਗੇ ਹਾਊਸਫੁੱਲ ਲਟਕਿਆ ਕੇ ਲਟਕਿਆ ਵਦੋਵੇਂ ਟਿਕਣਾ ਰੰਗਨਾਥਨ ਦੀ ਮੁੱਠੀ 'ਚ ਦੇ ਕੇ ਮਿਸ ਸੁਨੀਤਾ ਦੀ ਚਿੱਠੀ ਬਾਰੇ ਪੁੱਛਿਆ। ਉਹਨੂੰ ਜਵਾਬ ਦੀ ਉਡੀਕ ਅਜੇ ਵੀ ਸੀ ਪਰ ਉਹ ਕੁਝ-ਕੁਝ ਨਿਰਾਸ਼ ਹੋ ਗਿਆ ਲੱਗਦਾ ਸੀ। ਉਹਨੂੰ ਸ਼ੱਕ ਸੀ ਜਾਂ ਤਾਂ ਉਹ ਦਾ ਸਕੱਤਰ ਚਿੱਠੀ ਪੜ੍ਹ ਕੇ ਪਾੜ ਛੱਡਦਾ ਹੈ ਤੇ ਜਾਂ ਸੁਨੀਤਾ ਕਿਸੇ ਹੋਰ ਦੇ ਇਸ਼ਕ 'ਚ ਫਸੀ ਹੋਈ ਹੋएगी। ਪਰ ਅੰਤਲੀ ਗੱਲ ਨੂੰ ਆਪ ਹੀ ਕੱਟਦਿਆਂ ਹੋਇਆ ਬੋਲਿਆ ਸਾਹਿਬ ਮਿਸ ਸੁਨੀਤਾ ਹੈ ਤਾਂ ਫਿਲਮੀ ਦੁਨੀਆ ਕਾ ਹੀ। ਮਗਰ ਐਸਾ ਲੱਗਦਾ ਨਹੀਂ। ਰੰਗਨਾਥਨ ਆਪਣੇ ਦੋਸਤ ਨੂੰ ਬੁਲਾ ਕੇ ਮੈਨੂੰ ਪੈਸੇ ਦੇਣੇ ਚਾਹੁੰਦਾ ਸੀ ਪਰ ਮੈਂ ਆਪਣੇ ਹੱਥਾਂ ਨਾਲ ਉਹਦੇ ਦੋਵੇਂ ਡੋਲੇ ਘੁੱਟ ਕੇ ਮੁਸਕਰਾ ਕੇ ਆ ਗਿਆ। ਇੱਕ ਦਿਨ ਫਿਰ ਰੰਗਾਨਾਥਨ ਮੇਰੇ ਦਫ਼ਤਰ ਆਇਆ ਮਿਸ ਸੁਨੀਤਾ ਆਪਣੀ ਇੱਕ ਫਿਲਮ ਦੇ ਪ੍ਰੀਮੀਅਰ ਉੱਤੇ ਦਿੱਲੀ ਆ ਰਹੀ ਸੀ ਮੈਂ ਉਹਨੂੰ ਮਿਲਾਉਣ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕਰਕੇ ਕਿਆ ਰੰਗਾਨਾਥਨ ਮਗਰ ਤੁਮਨੇ ਮਾਰੀ ਰਿਸੈਪਸ਼ਨਿਸਟ ਕਾ ਕੁਝ ਬਤਾਇਆ ਹੀ ਨਹੀਂ ਰੰਗਾਨਾਥਨ ਦਾ ਜਵਾਬ ਸੁਣ ਕੇ ਮੈਨੂੰ ਹੈਰਾਨੀ ਹੋਈ ਉਹਨੂੰ ਟੈਲੀਫੋਨ ਕਰ ਰਹੀ ਕਿਸੇ ਗੱਲ ਉੱਤੇ ਮੁਸਕਰਾਉਂਦੀ ਹੋ ਕੁਝ ਕੁਝ ਸੁਨੀਤਾ ਵਰਗੀ ਲੱਗੀ ਸੀ ਪਰ ਉਹ ਪ੍ਰੀਮੀਅਰ ਵਾਲੇ ਦਿਨ ਸੁਨੀਤਾ ਨੂੰ ਹੀ ਮਿਲੇਗਾ ਪ੍ਰੀਮੀਅਰ ਵਾਲੇ ਦਿਨ ਸੁਨੀਤਾ ਆਈ ਹੋਏਗੀ ਰੰਗਾਨਾਥਨ ਸ਼ਾਇਦ ਭੀੜ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਰਿਹਾ ਹੋਵੇਗਾ ਮੈਂ ਉੱਥੇ ਜਾ ਕੇ ਕੀ ਕਰਨਾ ਸੀ ਇਸ ਪਿੱਛੋਂ ਰੰਗਾਨਾਥਨ ਕਿੰਨਾਈ ਚੇਰਮੈਨ ਨੂੰ ਨਾ ਮਿਲਿਆ ਸ਼ਾਇਦ ਉਹ ਪ੍ਰੀਮੀਅਰ ਵਾਲੇ ਦਿਨ ਮੇਰੇ ਨਾਂ ਜਾਣ ਕਰਕੇ ਮੇਰੇ ਵੱਲੋਂ ਮਨ ਖੱਟਾ ਕਰ ਬੈਠਾ ਸੀ ਤੇ ਅਚਾਨਕ ਕੋਈ ਇੱਕ ਦਿਨ ਫੇਰ ਮੈਨੂੰ ਗੋਲਚਾ ਦੇ ਬਾਹਰ ਖੁਨਤਾ ਦੇ ਸਿਆ ਫਿਲਮ ਇਤਫਾਕਰ ਮੈਂ ਸੁਨੀਤਾ ਦੀ ਸੀ ਮੈਂ ਦਫ਼ਤਰੋਂ ਸਿੱਧਾ ਆ ਗਿਆ ਸੀ ਤੇ ਮੇਰੀ ਪਤਨੀ ਨੇ ਘਰ ਆਉਣਾ ਸੀ ਮੈਂ ਉਹਦੀ ਉਡੀਕ ਕਰ ਰਿਹਾ ਸੀ ਰੰਗਾਨਾਥਨ ਵੀ ਕਿਸੇ ਦੀ ਉਡੀਕ ਚ ਲੱਗਦਾ ਸੀ ਮੈਂ ਕੋਲ ਜਾ ਕੇ ਪਿਆਰ ਨਾਲ ਉਹਦੇ ਦੋਵੇਂ ਮੁੱਢੇ ਫੜ ਕੇ ਕਿਹਾ ਹੈਲੋ ਰੰਗਾਨਾਥਨ ਉਹ ਬੜਾ ਉੱਡ ਕੇ ਮਿਲਿਆ ਉਹਦਾ ਵਿਆਹ ਹੋ ਚੁੱਕਿਆ ਸੀ ਉਹ ਵੀ ਮੇਰੇ ਵਰਗ ਦਫਤਰੋਂ ਸਿੱਧਾ ਆ ਗਿਆ ਸੀ ਤੇ ਆਪਣੀ ਪਤਨੀ ਦੀ ਉਡੀਕ ਕਰ ਰਿਹਾ ਸੀ ਰੰਗਾਨਾਥਨ ਸ਼ਾਇਦ ਹਮ ਕੁਝ ਪਹਿਲੇ ਹੀ ਆ ਗਏ ਆਓ ਉਹਨਾਂ ਲੋਕਾਂ ਦੇ ਆਨੇ ਤੱਕ ਕਹੀਂ ਚਾਹ ਪੀ ਲੈਂ ਔਰ ਬਾਤਾਂ ਕਰੇ ਮੈਂ ਉਹਨੂੰ ਮੁਬਾਰਕ ਦੇਣ ਪਿੱਛੋਂ ਨਾਲ ਤੋਰਦਿਆਂ ਕਿਹਾ ਭਈ ਰੰਗਾਨਾਥਨ ਸ਼ਾਦੀ 'ਤੇ ਬੁਲਾਇਆ ਹੀ ਨਹੀਂ ਐਸਾ ਵੀ ਕਿਹਾ ਮੈਂ ਉਹਨੂੰ ਰਸਤਰਾਂ ਵਿੱਚ ਆਪਣੇ ਸਾਹਮਣੇ ਵਾਲੀ ਕੁਰਸੀ ਤੇ ਬਿਠਾਉਂਦਿਆਂ ਕਿਹਾ ਬੱਸ ਆਪ ਸਭ ਕੁਝ ਜਲਦੀ ਜਲਦੀ ਮੇ ਹੋ ਗਿਆ ਉਹਦੇ ਚਿੱਟੇ ਦੰਦ ਕੁਝ ਕੁਝ ਮੋٹے ਬੁੱਲਾਂ ਹਿਠੋਂ ਹੱਸ ਰਹੇ ਸੀ ਤੇ ਰੰਗਨਾਥ ਨੇ ਦੱਸਿਆ ਕਿ ਉਹਦੇ ਵੱਡੇ ਭਾਈ ਦੀ ਬਦਲੀ ਦਿੱਲੀ ਦੀ ਹੀ ਹੋ ਗਈ ਹੈ ਤੇ ਉਹ ਆਰ ਕੇ ਪਰਮ ਵਾਲਾ ਕਿਸੇ ਦੇ ਕੁਆਟਰ ਦਾ ਕਮਰਾ ਛੱਡ ਕੇ ਉਸੇ ਨਾਲ ਰਹਿਣ ਲੱਗ ਪਿਆ ਸੀ ਗਰਮੀਆਂ ਦੀਆਂ ਛੁੱਟੀਆਂ 'ਚ ਉਹਦੇ ਭਾਈ ਦੀ ਇੱਕ ਸਾਲੀ ਲਲਿਤਾ ਪੜਾਈ ਮੁਕਾ ਕੇ ਉਹਨਾਂ ਕੋਲ ਆਈ ਸੀ ਰੰਗਾਨਾਥਨ ਨੇ ਉਸ ਕੁੜੀ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਸਧਾਰਨ ਕੁੜੀ ਆਮ ਕੁੜੀਆਂ ਵਰਗੀ ਤੇ ਕਈ ਵਾਰ ਰੰਗਾਨਾਥਨ ਦੀ ਭਾਬੀ ਨੇ ਜੇ ਕੁਝ ਕਹਿਣਾ ਹੁੰਦਾ ਉਹ ਆਪ ਹੌਣ ਦੀ ਥਾਂ ਲਲਿਤਾ ਨੂੰ ਭੇਜ ਦਿੰਦੀ ਉਹ ਫਿਲਮੀ ਅਖਬਾਰ ਰਸਾਲੇ 'ਚ ਡੁੱਬਿਆ ਬਿਨਾਂ ਵੇਖਿਆ ਗੱਲ ਦਾ ਜਵਾਬ ਦੇ ਦਿੰਦਾ ਕਈ ਵਾਰ ਲਲਿਤਾ ਨੇ ਬਾਜ਼ਾਰੋਂ ਕੁਝ ਲੈਣ ਜਾਣਾ ਹੁੰਦਾ ਰੰਗਾਨਾਥਨ ਦਾ ਭਾਈ ਉਹਨੂੰ ਮੱਲੋ ਜੋਰੀ ਨਾਲ ਭੇਜ ਦਿੰਦਾ ਉਹ ਚੁੱਪਚਾਪ ਨਾਲ ਤੁਰਿਆ ਜਾਂਦਾ ਚੁੱਪਚਾਪ ਨਾਲ ਮੁੜਿਆ ਆਉਂਦਾ ਇੱਕ ਐਤਵਾਰ ਰੰਗਾਨਾਥਨ ਦੀ ਭਾਬੀ ਨੇ ਦੋ ਟਿਕਟਾਂ ਦੇ ਕੇ ਉਹਨੂੰ ਕਿਹਾ ਕਿ ਉਹ ਲਲਿਤਾ ਨੂੰ ਫਿਲਮ ਵਖਾ ਲਿਆਵੇ ਉੱਥੇ ਆ ਕੇ ਫਿਲਮ ਨੂੰ ਤਰਸੀ ਪਈ ਸੀ ਰੰਗਾਨਾਥਨ ਦੇ ਭਾਈ ਤੇ ਪਰਜਾਈ ਨੂੰ ਵੇਲ ਨਹੀਂ ਸੀ ਉਹਨੂੰ ਕਿਸੇ ਕੁੜੀ ਨਾਲ ਫਿਲਮ ਦੇਖਣ ਜਾਣਾ ਬੜਾ ਅਜੀਬ ਲੱਗਿਆ ਪਰ ਫਿਲਮ ਮਿਸ ਸੁਨੀਤਾ ਦੀ ਸੀ ਉਹ ਤਾਂ ਆਪ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਸੀ ਤੇ ਦੋਵੇਂ ਮਿਸ ਸੁਨੀਤਾ ਦੀ ਫਿਲਮ ਵੇਖਣ ਚਲੇ ਗਏ ਮਿਸ ਸੁਨੀਤਾ ਦੀ ਫਿਲਮ ਤੇ ਰੰਗਾਨਾਥਨ ਸਕਰੀਨ ਤੋਂ ਧਿਆਨ ਲੰਬੇ ਨਹੀਂ ਸੀ ਕਰ ਰਿਹਾ ਪਰ ਉਹਨੂੰ ਕਈ ਵਾਰ ਲੱਗਿਆ ਜਿਵੇਂ ਲਲਿਤਾ ਸਕਰੀਨ ਦੀ ਥਾ ਉਹ ਉਸ ਵੱਲ ਵੇਖ ਰਹੀ ਹੋਵੇ ਇੰਟਰਵਲ 'ਚ ਰੰਗਾਨਾਥਨ ਚੁੱਪਚਾਪ ਆਪਣੀ ਸੀਟ ਤੇ ਬੈਠਾ ਰਿਹਾ ਲਲਿਤਾ ਨੇ ਉਹਦਾ ਹੱਥ ਫੜ ਕੇ ਕੋਕਾ ਕੋਲਾ ਪੀਣ ਲੈ ਗਿਆ ਰੰਗਾਨਾਥਨ ਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਤੇ ਉਹਨੇ ਹੱਥ ਖੇਚ ਲਿਆ ਉਹ ਕੋਕਾ ਕੋਲਾ ਪੀ ਕੇ ਮੁੜੇ ਤਾਂ ਫਿਲਮ ਸ਼ੁਰੂ ਹੋ ਚੁੱਕੀ ਸੀ ਪਿਛਲੇ ਅੱਧ ਵਿੱਚ ਫੇਰ ਕਈ ਵਾਰ ਰੰਗਾਨਾਥਨ ਨੂੰ ਲੱਗਿਆ ਜਿਵੇਂ ਲਲਿਤਾ ਉਸ ਵੱਲੀ ਵੇਖ ਰਹੀ ਹੋਵੇ ਉਹਦਾ ਅੱਖਾਂ ਮੋੜ ਕੇ ਲਲਿਤਾ ਵੱਲ ਵੇਖਣ ਨੂੰ ਦਿਲ ਕੀਤਾ ਪਰ ਉਹ ਫਿਲਮ ਵੇਖਦਾ ਰਿਹਾ ਸਿਰਮੇ ਚੋਂ ਨਿਕਲ ਕੇ ਇੱਕ ਪਾਰਕ ਵਿੱਚ ਜਾ ਬੈਠੇ ਸੂਰਜ ਮੱਠਾ ਪੈ ਚੁੱਕਿਆ ਸੀ ਉਹ ਇੱਕ ਸੰਘਣੇ ਬੂਟੇ ਦੀ ਓਟ 'ਚ ਬੈਠੇ ਸੀ ਲਲਿਤਾ ਨੇ ਰੰਗਾਨਾਥਨ ਦੇ ਦੋਵੇਂ ਹੱਥ ਘੁੱਟ ਕੇ ਕਿਤੇ ਡੂੰਗੀ ਨਿਕਲਦੀ ਆਵਾਜ਼ ਤੋਂ ਪੁੱਛਿਆ ਰੰਗਾਨਾਥਨ ਮੈਨੂੰ ਆਇਆ ਇੰਨੇ ਦਿਨ ਹੋ ਗਏ ਤੂੰ ਅੱਖ ਚੁੱਕ ਕੇ ਵੀ ਨਹੀਂ ਵੇਖਿਆ ਇੰਨੀ ਬੇਰੁਖੀ ਵੀ ਕੀ ਕਹੇ ਰੰਗਾਨਾਥ ਨੇ ਲਲਤਾਵਲ ਵੇਖਿਆ ਜਿਹੋ ਜੀ ਘਰੇ ਤੁਰੀ ਫਿਰਦੀ ਉਹਨੇ ਵੇਖੀ ਸੀ ਉਸ ਤਰ੍ਹਾਂ ਦੀ ਤਾਂ ਨਹੀਂ ਸੀ ਉਹਦਾ ਰੰਗ ਪੱਕਾ ਸੀ ਪਰ ਪੱਕਾ ਕਿੱਥੇ ਸੀ ਬਿਲਕੁਲ ਸੁਨੀਤਾ ਵਰਗੀਆਂ ਸੀ ਉਹਦੀਆਂ ਅੱਖਾਂ ਉਹ ਆਮ ਵਰਗੀਆਂ ਸਮਝਦਾ ਰਿਹਾ ਸੀ ਪਰ ਉਹ ਤਾਂ ਸੁਨੀਤਾ ਵਰਗੀਆਂ ਮੋਟੀਆਂ-ਮੋਟੀਆਂ ਸੀ ਉਹਦਾ ਨੱਕ ਉਹਨੂੰ ਜ਼ਰਾ ਕੋ ਫੈਲਵਾਂ ਲੱਗਦਾ ਰਿਹਾ ਸੀ ਪਰ ਉਹ ਤਾਂ ਸੁਨੀਤਾ ਦੇ ਨੱਕ ਵਰਗਾ ਤਿੱਖਾ ਸੀ ਉਦੇ ਬੋਲ ਉਹਦੀ ਮੁਸਕਾਨ ਸਭ ਕੁਝ ਸੁਨੀਤਾ ਵਾਂਗੀ ਤਾਂ ਸੀ ਤੇ ਲਲਿਤਾ ਰੰਗਾਨਾਥਨ ਦੇ ਹੱਥ ਕੁਟ ਕੇ ਜਵਾਬ ਉਡੀਕਦੀ ਚੁੱਪਚਾਪ ਬੈਠੀ ਸੀ ਰੰਗਾਨਾਥਨ ਦੀਆਂ ਅੱਖਾਂ ਉਹਦੇ ਚਿਹਰੇ ਤੇ ਲੱਗੀਆਂ ਹ ਸਨ ਉਹਦੇ ਸਾਹਮਣੇ ਜਿਵੇਂ ਮੋਮ ਦੀ ਢੇਰੀ ਹੋਵੇ ਜਿਸ ਉਤੋਂ ਕੁਝ ਪੰਗਰ ਪੰਗਰ ਕੇ ਹੀਠੋਂ ਨਵੇਂ ਨਕਸ਼ ਨਿਕਲ ਰਹੇ ਹੋਣ ਰੰਗਾਨਾਥਨ ਦੀਆਂ ਅੱਖਾਂ ਚਮਕੁੱਟੀਆਂ ਤੇ ਉਹਨੇ ਆਪਣੇ ਹੱਥ ਲਲਿਤਾ ਦੇ ਹੱਥਾਂ ਚੋਂ ਖਿੱਚ ਕੇ ਉਹਦੇ ਹੱਥ ਕੁਟ ਲਏ ਔਰ ਫਿਰ ਸਭ ہمارا ਸ਼ਾਦੀ ਹੋ ਗਿਆ ਰੰਗਾਨਾਥ ਨੇ ਗੱਲ ਮੁਕਾਈ ਮੈਂ ਬੁੱਤ ਬਣਿਆ ਉਹਦੇ ਮੂੰਹ ਤੇ ਅੱਖਾਂ ਗੱਡੀ ਸੁਣਦਾ ਰਿਹਾ ਸੀ ਬਹੁਤ ਖੂਬ ਰੰਗਾ ਨਾਥਨ ਇੱਕ ਵਾਰ ਫਿਰ ਮੁਬਾਰਕ ਕੋ ਮੈਂ ਉਹਨੂੰ ਤੁਰਨ ਲਈ ਗਿਆ ਚਲੋ ਚਲੇ ਉਹ ਲੋਗ ਆ ਗਏ ਹੋਗੇ ਮੇਰੀ ਪਤਨੀ ਬਾਹਰ ਰੇਲਿੰਗ ਕੋਲ ਖੜੀ ਸੀ ਮੈਂ ਉਹਨੂੰ ਰੰਗਾ ਨਾਥਨ ਨਾਲ ਮਿਲਾਇਆ ਰੰਗਾ ਨਾਥਨ ਨੇ ਦੂਰ ਖੜੀ ਅਜੇ ਦੂਜੇ ਪਾਸੇ ਵੇਖਦੀ ਰੰਗਾ ਨਾਥਨ ਨੇ ਦੂਰ ਖੜੀ ਦੂਜੇ ਪਾਸੇ ਵੇਖਦੀ ਇੱਕ ਮੁਟਿਆਰ ਵੱਲ ਮੂੰਹ ਕਰਦੇ ਆ ਕਿ ਆ ਸਾਬ ਮੈਂ ਆਪਣੀ ਪਤਨੀ ਕੋ ਵੀ ਆਪਸੇ ਮਿਲਾਤਾ ਹੂੰ ਤੇ ਫਿਰ ਉਹਨੇ ਆਵਾਜ਼ ਦਿੱਤੀ ਸੁਨੀਤਾ सुनीता इधर आ रही थी मैं मुस्कुरा के रंगानाथन ਵੱਲ ਵੇਖਿਆ ਉਹ ਮੇਰੀ ਗੱਲ ਸਮਝ ਕੇ ਬੋਲਿਆ ਸਾਬ ਲਲਿਤਾ ਮੁਝੇ ਸੁਨੀਤਾ ਸੇ ਇਤਨਾ ਮਿਲਦਾ ਜੁਲਦਾ ਲਗਤਾ ਹੈ ਮੈਂ ਤੋ ਇਸੇ ਸੁਨੀਤਾ ਹੀ ਕਹਤਾ ਹੂੰ ਤੇ ਕੁੜੀ ਸਾਡੇ ਵੱਲ ਆ ਰਹੀ ਸੀ ਕੁਝ ਕੁਝ ਪੱਕਾ ਰੰਗ ਸਧਾਰਨ ਨੈਣ ਨਕਸ਼ ਬੁੱਲਾਂ ਤੇ ਮੁਸਕਰਾਟ ਕੁੜੀ ਜੋ ਲਲਤਾ ਸੀ ਪਰ ਜੋ ਸੁਨੀਤਾ ਹੋਈ ਸੀ ਧੰਨਵਾਦ